ਫਗਵਾੜਾ ਹੁਸ਼ਿਆਰਪੁਰ ਰੋਡ 'ਤੇ ਸੜਕ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ 3 ਨੌਜਵਾਨਾਂ ਦੀ ਫਗਵਾੜਾ ਹੁਸ਼ਿਆਰਪੁਰ ਰੋਡ 'ਤੇ ਸਥਿਤ ਜਗਜੀਤਪੁਰ ਵਿਖੇ JCB ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਥਾਣਾ ਰਾਵਲਪਿੰਡੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ 3 ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਵਿਖੇ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ 3 ਨੌਜਵਾਨ ਟਾਈਲ ਪੱਥਰ ਦਾ ਕੰਮ ਕਰਦੇ ਸਨ ਅਤੇ ਹੁਸ਼ਿਆਰਪੁਰ ਸਾਈਡ ਤੋਂ ਫਗਵਾੜਾ ਵੱਲ ਆ ਰਹੇ ਸਨ। ਜਦੋਂ ਉਹ ਜਗਜੀਤਪੁਰ ਕੋਲ ਪਹੁੰਚੇ ਤਾਂ ਫਗਵਾੜਾ ਸਾਈਡ ਤੋਂ ਜਾ ਰਹੀ JCB ਨਾਲ ਟਕਰਾ ਗਏ, ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ। ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਉਹਨਾਂ ਦੀ ਡਿਊਟੀ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਏ 3 ਨੌਜਵਾਨਾਂ ਨੂੰ ਲਿਆਂਦਾ ਗਿਆ, ਜਿਨ੍ਹਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉੱਧਰ ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ SHO ਥਾਣਾ ਰਾਵਲਪਿੰਡੀ ਲਾਭ ਸਿੰਘ ਨੇ ਦੱਸਿਆ ਕਿ ਐਕਸੀਡੈਂਟ ਸੰਬੰਧੀ ਸੂਚਨਾ ਮਿਲਦੇ ਸਾਰ ਉਹਨਾਂ ਵੱਲੋਂ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਮਾਮਲੇ ਸੰਬੰਧੀ ਜਾਣਕਾਰੀ ਹਾਸਲ ਕੀਤੀ। SHO ਦੇ ਦੱਸਣ ਮੁਤਾਬਕ 3 ਨੌਜਵਾਨ ਟਾਈਲ ਪੱਥਰ ਦਾ ਕੰਮ ਕਰਦੇ ਸਨ ਅਤੇ ਹੁਸ਼ਿਆਰਪੁਰ ਸਾਈਡ ਤੋਂ ਫਗਵਾੜਾ ਵੱਲ ਆ ਰਹੇ ਸਨ। ਜਦੋਂ ਉਹ ਜਗਜੀਤਪੁਰ ਕੋਲ ਪਹੁੰਚੇ ਤਾਂ ਫਗਵਾੜਾ ਸਾਈਡ ਤੋਂ ਜਾ ਰਹੀ JCB ਨਾਲ ਟਕਰਾ ਗਏ, ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ। ਉਹਨਾਂ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਰੋਹਿਤ, ਆਕਾਸ਼ ਅਤੇ ਮਨੋਜ ਵਾਸੀ ਮੁਹੱਲਾ ਗੋਬਿੰਦਪੁਰਾ ਫਗਵਾੜਾ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਕਰਦੇ ਹੋਏ JCB ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ। ਮੈਨੂੰ ਕਿਸੇ ਦੇ ਮੁੰਡੇ ਦਾ ਫੋਨ ਆਇਆ, ਕਹਿੰਦਾ ਨਾ ਐਕਸੀਡੈਂਟ ਹੋਇਆ ਆ, ਤਾਂ ਮੈਂ ਫੋਨ ਕਰਕੇ ਦੇਖਿਆ ਤਾਂ ਫੋਨ ਕਰਕੇ ਪਤਾ ਲੱਗਾ ਕਿ 3 ਮੁੰਡੇ ਆ, ਤਾਂ ਫੋਨ ਕਰਕੇ ਪੁੱਛਿਆ ਤਾਂ ਕਿਸੇ ਮੈਡਮ ਜਿਹਦਾ ਐਕਸੀਡੈਂਟ ਆ ਫੋਨ ਚੱਕਿਆ, ਤਾਂ ਮੈਡਮ ਨੇ ਕਿਸੇ ਨੇ ਫੋਨ ਚੱਕੀ, ਮੈਂ ਗੱਲ ਕੀਤੀ, ਮੈਂ ਕਿਹਾ ਮੈਡਮ ਇੱਥੇ ਐਕਸੀਡੈਂਟ ਹੋਇਆ ਜੀ, ਕਹਿੰਦੀ ਹਾਂਜੀ ਫੋਨ ਸਾਡੇ ਕੋਲ ਪਿਆ, ਕਹਿੰਦਾ ਕੋਈ JCB ਵਾਲਾ ਮਾਰ ਕੇ ਚਲਾ ਗਿਆ, ਕੋਈ JCB ਵਾਲੀ ਦੀ ਗਲਤੀ ਆ। ਸਰ ਕਿੱਥੇ ਹੋਇਆ ਐਕਸੀਡੈਂਟ ਕੁਛ ਪਤਾ ਚੱਲਿਆ? ਜਗਜੀਤਪੁਰ ਹੋਇਆ। ਅਤੇ ਕਿੱਥੇ ਦੇ ਰਹਿਣ ਵਾਲੇ? ਗੋਬਿੰਦਪੁਰੇ ਦੇ ਜੀ, ਤਿੰਨੇ ਅਸੀਂ ਗੋਬਿੰਦਪੁਰੇ ਰਹਿੰਦੇ ਹਾਂ। ਨਾਮ ਵਗੈਰਾ ਕੋਈ ਹੈ? ਨਾਮ ਇੱਕ ਦਾ ਆਕਾਸ਼ ਆ, ਇੱਕ ਦਾ ਨਾਮ ਰੋਹਿਤ ਆ, ਇੱਕ ਦਾ ਨਾਮ ਮੋਹਨ ਆ। ਅਤੇ ਇਕੱਠੇ ਰਹਿੰਦੇ ਤੁਸੀਂ? ਇਕੱਠੇ ਰਹਿੰਦੇ ਹਾਂ ਲਾਗੇ, ਇੱਕ ਜਿੱਦਾਂ ਇੱਧਰ ਵਿਹੜੇ 'ਚ ਇੱਧਰ ਇੱਧਰ ਰਹਿੰਦੇ, ਲਾਗੇ ਛਾਗੇ ਰਹਿੰਦੇ, ਪਲਾਟ 'ਚ ਰਹਿੰਦੇ ਸਰ ਤਿੰਨੇ। ਅਤੇ ਤਿੰਨਾਂ ਦੀ ਮੌਤ ਹੋ ਗਈ? ਹਾਂ, ਤੁਸੀਂ ਮੈਂ ਦੇਖਿਆ ਇਹ ਕਹਿੰਦੇ ਤਿੰਨਾਂ ਦੀ ਹੋ ਗਈ ਹੈ ਜੀ। ਕੀ ਮਾਮਲਾ, ਕੀ ਜਿਹੜਾ ਐਕਸੀਡੈਂਟ? ਮੈਂ ਡਾਕਟਰ ਕਿਰਨਦੀਪ ਹਾਂ, ਇੱਥੇ ਸਿਵਲ ਹੋਸਪਿਟਲ ਫਗਵਾੜੇ ਏਐਮ ਤਨਾਵ ਆ। ਸਾਡੇ ਕੋਲ ਤਕਰੀਬਨ 650 ਦੇ ਕਰੀਬ ਇੱਕ ਪੇਸ਼ੈਂਟ ਆਏ ਕਿ 2 ਡੈਡ ਬੋਡੀਜ਼ ਆਈਆਂ ਹੈਗੀਆਂ, 4 ਡੈਡ ਪੇਸ਼ੈਂਟ ਸੀਗੇ, ਅਤੇ ਜੋ ਦੱਸਿਆ ਜਾ ਰਿਹਾ ਹੈਗਾ ਆ ਉਹ ਐਕਸੀਡੈਂਟ ਕੇਸਿਸ ਦੱਸ ਰਹੇ ਨੇ। ਅਤੇ ਫਿਰ ਇੱਕ ਸਾਡੇ ਕੋਲ 7 ਵਜੇ ਨਾਲ ਦੇ ਨਾਲ ਇੱਕ ਬੋਡੀ ਆਉਂਦੀ ਹੈਗੀ, ਉਹ ਵੀ ਜਿਹੜਾ ਬਰੋਡ ਡੈਡ ਪੇਸ਼ੈਂਟ ਹੈਗਾ। ਸੋ ਟੋਟਲ ਕੁੱਲ ਮਿਲਾ ਕੇ 3 ਜਿਹੜੇ ਹੈਗੇ ਆ ਬਰੋਡ ਡੈਡ ਪੇਸ਼ੈਂਟ ਆਏ ਆ। ਬਟ ਅੱਜ ਮੈਂ ਥਾਣੇ ਵਿੱਚ ਹਾਜ਼ਰ ਸੀਗਾ ਅਤੇ ਸ਼ਾਮੀ ਮੈਨੂੰ ਪਤਾ ਲੱਗਾ ਕਿ ਇੱਕ ਜਗਜੀਤਪੁਰ ਦੇ ਲਾਗੇ ਐਕਸੀਡੈਂਟ ਹੋਇਆ। ਮੈਂ ਮੌਕੇ 'ਤੇ ਗਿਆ, ਮੌਕੇ 'ਤੇ ਜਾ ਕੇ ਦੇਖਿਆ ਕਿ ਇੱਕ JCP ਔਰ ਇੱਕ ਮੋਟਰਸਾਈਕਲ ਉੱਥੇ ਖੜ੍ਹਾ ਸੀਗਾ, ਇੱਕ ਡੈਡ ਬੋਡੀ ਪਈ ਸੀਗੀ। ਅਤੇ ਜਦੋਂ ਉੱਥੇ ਮੈਂ ਗਿਆ ਤਾਂ ਪਬਲਿਕ ਕਾਫੀ ਇਕੱਠੀ ਹੋਈ ਸੀ, ਉਹਨਾਂ ਨੇ ਕਿਹਾ ਵੀ 3 ਮੁੰਡਿਆਂ ਦਾ ਜਿਹੜਾ ਐਕਸੀਡੈਂਟ ਹੋਇਆ ਇਹ ਹੁਸ਼ਿਆਰਪੁਰ ਵੱਲੋਂ ਆ ਰਹੇ ਸੀਗੇ, ਅਤੇ ਇੱਧਰੋਂ ਜਿਹੜੀ ਆ ਫਗਵਾੜੇ ਵੱਲੋਂ ਜਾ ਰਹੀ ਸੀ JCP, ਉਹ ਜਗਜੀਤਪੁਰ ਨੂੰ ਮੁੜਨ ਲੱਗੀ ਸੀ, ਉਹ ਮੁੜ ਗਈ ਆ, ਇਹਨਾਂ ਦੇ ਆਪਸ ਵਿੱਚ ਉੱਥੇ ਟੱਕਰ ਹੋਈ ਆ। ਇਹ ਮੁੰਡੇ ਕਾਤੇ ਸੀ ਜੀ? ਮੁੰਡੇ ਮੋਟਰਸਾਈਕਲ ਦੇ ਸੀ। ਅੱਛਾ, ਬਾਕੀ ਕੀ ਬਣਿਆ ਬਾਕੀਆਂ ਦਾ ਜੀ? ਬਾਕੀ ਵੀ 3 ਹੀ ਐਕਸਪਾਇਰ ਹੋ ਗਏ ਆ। 3 ਡੈਡ ਹੋ ਗਏ? 3 ਡੈਡ ਹੋ ਗਏ। ਹੋਸਪਿਟਲ ਹੋ ਗਏ ਕਿ ਮੌਕੇ 'ਤੇ ਆ ਗਏ? ਇੱਕ ਮੌਕੇ 'ਤੇ ਹੋ ਗਿਆ, 2 ਹੋਸਪਿਟਲ ਜਾ ਕੇ ਹੋਏ ਆ। ਕੋਈ ਨਾਮ ਵਗੈਰਾ ਤਾਂ ਕਲੀਅਰ ਹੋ ਗਿਆ ਜੀ? ਉਹ ਇੱਕ ਸੀਗਾ ਰੋਹਿਤ ਜੀ, ਸਨ ਆਫ ਦੁਬਈ ਵਾਸੀ ਗੋਬਿੰਦਪੁਰਾ, ਅਤੇ ਦੂਸਰਾ ਹੈਗਾ ਜੀ ਆਸ਼ੀਸ਼ ਕੁਮਾਰ, ਸਨ ਆਫ ਗੋਲੂ, ਤੀਸਰਾ ਹੈਗਾ ਸੀਗਾ ਜੀ ਮਨੋਜ ਕੁਮਾਰ।
ਵਾਸੀ ਗੋਬਿੰਦ, ਇਹ ਤਿੰਨੇ ਜਿਹੜਾ ਗੋਬਿੰਦ ਦੇ ਰਹਿਣ ਵਾਲੇ ਕਿੱਥੋਂ ਆ ਰਹੇ ਸੀ? ਇਹ ਸਰ ਹੁਸ਼ਿਆਰਪੁਰ ਤੋਂ ਆ ਰਹੇ ਸੀ, ਇਹ ਕੰਮ ਕਰਦੇ ਸੀ ਟਾਈਲ ਪੱਥਰ ਵਗੈਰਾ ਦਾ ਕੰਮ ਕਰਦੇ ਸੀ। ਅਤੇ ਜਿਹੜਾ ਜੇ ਸੀ ਬੀ ਵਾਲਾ ਜੀ? ਜੇ ਸੀ ਪੀ ਵਾਲਾ ਜਿਹੜਾ ਸੀ ਉਹ ਮੌਕੇ ਤੋਂ ਦੌੜ ਗਿਆ ਸੀਗਾ। ਅਤੇ ਐਕਸੀਡੈਂਟ ਦਾ ਕਾਰਨ ਸਾਹਮਣੇ ਕੁਛ ਮੌਕੇ ਤੋਂ ਲੱਗਾ? ਐਕਸੀਡੈਂਟ ਦਾ ਜਿਹੜਾ ਕਾਰਨ ਆ ਵੀ ਜਿਹੜੀ ਪਬਲਿਕ ਸੀ ਉਹ ਤਾਂ ਕਹਿ ਰਹੇ ਵੀ ਇਹਨਾਂ ਦਾ ਜਦੋਂ ਮੁੜਨ ਲੱਗੇ ਸੀ ਇਹਨਾਂ ਨੇ ਨਹੀਂ ਦੇਖਿਆ ਜਾਂ ਕਿੱਦਾਂ ਵੀ ਸੀਗਾ ਅਤੇ ਉਹ ਇੱਕ ਵਜੇ ਦੇ ਵਿੱਚ ਵੱਜ ਗਏ। ਅਤੇ ਦੇਸੀ ਵੀ ਕਬਜ਼ੇ 'ਚ ਆ ਜੀ? ਜੇ ਸੀ ਵੀ ਅਸੀਂ ਕਬਜ਼ੇ 'ਚ ਲੈ ਲਈ। ਅਤੇ ਡਰਾਈਵਰ ਜੀ? ਡਰਾਈਵਰ ਜਦੋਂ ਮੌਕੇ ਤੋਂ ਪਹੁੰਚ ਗਏ ਸੀ, ਸਾਡੇ ਜਾਣ ਤੋਂ ਪਹਿਲਾਂ ਉੱਥੋਂ ਖਿਸਕ ਗਿਆ ਸੀ। ਕਿੰਨੇ ਵਿਅਕਤੀਆਂ ਡੈਡ ਬੋਡੀਆਂ ਜੀ? ਡੈਡ ਬੋਡੀਆਂ 3 ਨੇ ਜੀ। ਉਹ ਅਸੀਂ ਡੈਡ ਹੋ ਸਰਕਾਰ ਦੀ। ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਹੁਣ ਪਰਚਾ ਲੱਗੀ ਜੀ ਦਰਜ ਕਰਨ।